सत श्रीकाल दोस्तों, अज आप जंगल सफारी कर रहे हैं हुशियारपुर के जंगलों च। पहला एक क्लीयर कर दी, मैंने बहुत मेरे मित्रों के मैसेज आते भी यार राजस्थान दिखाया, नैनीताल उत्थे वो चीज़ आ, पर आप उदो दिखावे जो अपना पंजाब दिखाता सारा। अज आप पंजाब दिखाने आए हैं, पहला भी आप ही दिखाने, आपी की गल करते हैं। तो आज आप वीर गलबात करते हैं, जोड़ा जंगल सफारी अपन कराऊगा, की रूट रहा, किन्ने किलोमीटर रहा। सत श्रीकाल भाई। सत श्रीकाल भाई। ਕਿੰਨਾ ਰੂਟ ਰਹਿੰਦਾ ਆਪਣਾ ਟੋਟਲ? ਟੋਟਲ ਰੂਟ ਹੈਗਾ ਆਪਾਂ ਜੀ, ਆਪਾਂ ਜੇ ਥਾਣੇ ਡੈਮ ਤੋਂ ਡੇਰੀਆਂ ਰੈਸਟ ਹਾਊਸ ਲੈ ਕੇ ਆਉਣਾ ਹੋਵੇ ਤਾਂ 10 ਕਿਲੋਮੀਟਰ ਦਾ ਰੂਟ ਹੈ। ਠੀਕ ਹੈ। ਅਗਰ ਬਾਇਆ ਕੁੱਕਾਂ ਗੇੜ ਦੇ ਵਿੱਚ ਘੁੰਮ ਕੇ ਢੋਲ ਵਾਦੇ ਘੁੰਮ ਕੇ ਜਾਣਾ ਹੋਵੇ ਤਾਂ 25-30 ਕਿਲੋਮੀਟਰ ਰੂਟ ਬਣ ਜਾਂਦਾ ਜੀ। ਠੀਕ ਹੈ। ਇੱਕ ਪਰਸਨ ਦਾ 450 ਰੁਪਇਆ ਲਈਦਾ ਆਪਾਂ। ਇੱਕ ਪਰਸਨ ਦਾ 450? ਹਾਂਜੀ। ਠੀਕ ਹੈ। ਕਿੰਨੇ ਜਾਣੇ ਇਹ 'ਚ ਆਰਾਮ ਨਾਲ, ਮਤਲਬ ਫੈਮਿਲੀ ਜੀ ਆਪਾਂ? ਫੈਮਿਲੀ ਉੱਧਰ 7 ਜਾਣੇ ਬਹਿ ਸਕਦੇ ਜੀ, 1 ਜਣਾ ਅੱਗੇ ਆ ਜਾਂਦਾ। ਠੀਕ ਹੈ। 6 ਮਗਰ ਖੜਦਾ, 6 ਪਿੱਛੇ ਆ ਜਾਂਦੇ। ਠੀਕ ਹੈ, ਇੱਥੇ ਹੋ ਜਾਂਦੇ। ਠੀਕ ਹੈ ਜੀ। ਤੇ ਕਿੰਨੇ ਕੁ ਟਾਈਮ ਦਾ ਰੂਟ ਹੁੰਦਾ ਇਹ, ਜਦੋਂ ਜੇ ਆਪਾਂ ਉੱਥੋਂ ਲਾਈ ਆਪਾਂ ਥਾਣਾ ਡੈਮ ਤੋਂ ਸਟਾਰਟ ਹੋਈ? 2-2.25 ਘੰਟੇ ਲੱਗ ਜਾਂਦੇ ਜੀ ਇੱਕ ਰੂਟ। 2-2.25 ਘੰਟੇ। ਤੇ ਕੋਈ ਰਿਸਕ ਵਾਲੀ ਗੱਲ? ਕੋਈ ਰਿਸਕ ਨਹੀਂ। ਠੀਕ ਹੈ। ਹਾਂਜੀ। ਤੇ ਤੁਸੀਂ ਇੱਥੋਂ ਲੋਕਲ ਹੀ ਹੋ? ਹਾਂਜੀ, ਲੋਕਲ ਜੀ, ਮੇਰਾ ਪਿੰਡ ਥਾਣਾ ਜੀ। ਠੀਕ ਹੈ। ਹਾਂਜੀ। ਤੇ ਚਲੋ ਆਪਾਂ ਫਿਰ ਅੱਜ ਕਰਾਓ, ਆਪਾਂ ਹੁਣ ਕਿੰਨਾ ਕੱਢਣਾ? 10 ਕਿਲੋਮੀਟਰ? ਹਾਂਜੀ ਹਾਂਜੀ, 10 ਕਿਲੋਮੀਟਰ ਕੱਢਣੇ। ਠੀਕ ਹੈ। ਆਪਾਂ ਦੇਰੀ ਰੈਸਟ ਹਾਊਸ ਤੋਂ ਹੁਣ ਥਾਣੇ ਰੈਸਟ ਹਾਊਸ ਜਾਣਾ ਜੀ। ਥਾਣਾ ਰੈਸਟ ਹਾਊਸ ਜਾਣਾ ਜੀ। ਆਪਣੀ ਅੱਜ ਸਟੇ ਸੀਗੀ ਜੀ ਇੱਥੇ ਦੇਰੀਆਂ ਰੈਸਟ ਹਾਊਸ ਦੇ ਵਿੱਚ, ਅੱਜ ਰਾਤ ਦੀ ਸੀਗੀ ਸਟੇ ਆਪਣੀ ਥਾਣਾ ਡੈਮ ਦੇ ਰੈਸਟ ਹਾਊਸ ਦੇ ਵਿੱਚ। ਆਪਾਂ ਉਹ ਵੀ ਤੁਹਾਨੂੰ ਸਾਰਾ ਦਿਖਾਵਾਂਗੇ ਅਤੇ ਸਫਾਰੀ ਦਾ ਤੁਹਾਨੂੰ ਨਜ਼ਾਰਾ ਦਿਖਾਉਣੇ ਆ, ਅਤੇ ਕਰਦੇ ਸਟਾਰਟ। ਚਲੋ ਵੀਰ ਫਿਰ ਚੱਲੀਏ। ਓਕੇ। ਲਓ ਜੀ, ਜੰਗਲ ਸਫਾਰੀ ਆਪਣੀ ਹੁੰਦੀ ਹੈ ਸਟਾਰਟ, ਅਤੇ ਸਰਪੰਚ ਸਾਹਿਬ ਸਾਡੇ ਪਹੁੰਚ ਚੁੱਕੇ ਨੇ, ਅਤੇ ਆਪਾਂ ਚੜ੍ਹ ਗਏ ਜਿਪਸੀ ਦੇ ਵਿੱਚ, ਅਤੇ ਪਿੱਛੇ ਆਪਣਾ ਵੀਰ ਗੁਰਪ੍ਰੀਤ ਹਾਰ ਲੈ ਕੇ ਆਊਗਾ, ਤੁਹਾਨੂੰ ਸਾਰਾ ਘੈਂਟ ਵਿਊ ਦਿਖਾਵਾਂਗੇ। ਇਕੱਲੀ ਇਕੱਲੀ ਚੀਜ਼ ਤੁਹਾਨੂੰ ਆਪਾਂ ਜੰਗਲ ਦੀ ਦਿਖਾਵਾਂਗੇ। ਠੀਕ ਹੈ ਰਾਜੂ। ਅਤੇ ਹੁਣ ਆਪਾਂ ਇੱਥੋਂ ਦੇਰੀਆਂ ਰੈਸਟ ਹਾਊਸ 'ਚੋਂ ਆਪਾਂ ਨਿਕਲ ਚੁੱਕੇ ਹਾਂ ਜੀ, ਸੁਬਹਾ ਦਾ ਨਾਸ਼ਤਾ ਕੀਤਾ, ਅਤੇ ਹੁਣ ਦਿਖਾਉਣਾ ਤੁਹਾਨੂੰ ਮਾਹੌਲ। ਪਹਿਲਾਂ ਤੁਹਾਨੂੰ ਅੱਗੇ ਦਾ ਬਾਅਦ 'ਚ ਦਿਖਾਵਾਂ, ਮੈਨੂੰ ਐਂ ਵੀ ਦੂਰੋਂ ਨਾ ਆਪਾਂ ਗੈਸਟ ਹਾਊਸ ਦਿਖਾ ਦਈਏ ਦੇਰੀਆਂ ਦਾ ਕਿਵੇਂ ਬਣਿਆ ਹੋਇਆ। ਇਹ ਵੀ ਬਹੁਤ ਸੋਹਣੀ ਚੀਜ਼ ਬਣਾਈ ਹੈ, ਅਤੇ ਸਾਡੇ ਰੇਂਜ ਅਫਸਰ ਸਾਹਿਬ, ਸਾਡੇ DFO ਸਾਹਿਬ, ਅਤੇ ਕੰਜ਼ਰਵੇਟਰ ਅਫਸਰ, ਮਤਲਬ ਜੋ ਵੀ ਜੰਗਲਾਤ ਮਹਿਕਮੇ ਦੇ ਇੱਥੇ ਅਫਸਰ ਨੇ, ਉਹਨਾਂ ਵੱਲੋਂ ਬਹੁਤ ਸੋਹਣਾ ਇਹ ਵਿਵਸਥਾ ਕੀਤੀ ਹੋਈ ਹੈ ਰਹਿਣ ਦੀ। ਅਤੇ ਇਹ ਦੇਖੋ ਜੀ ਤੁਸੀਂ, ਅੱਗੇ ਦਾ ਆਪਾਂ ਵਿਊ ਤੁਹਾਨੂੰ ਦੁਬਾਰੇ ਦਿਖਾਉਣੇ ਆ, ਪਰ ਪਹਿਲਾਂ ਤੁਹਾਨੂੰ ਗੈਸਟ ਹਾਊਸ ਦਿਖਾ ਦਈਏ ਆਪਾਂ, ਜਿੱਥੇ ਆਪਾਂ ਰਾਤ ਸਟੇ ਕੀਤੀ ਹੈ ਜੀ। ਦੇਖੋ ਜੀ ਕਿਆ ਬਾਤ ਹੈ, ਬਹੁਤ ਸੋਹਣਾ ਬਣਿਆ ਹੋਇਆ, ਬਹੁਤ ਜ਼ਿਆਦਾ ਅਤੇ ਸ਼ਾਂਤੀ ਅਤੇ ਨੇਚਰ ਨਾਲ ਜੁੜ ਕੇ ਆਪਾਂ ਦੇਖ ਸਕਦੇ ਹਾਂ। ਰਾਜੂ ਦਾ ਫੋਨ ਰਹਿ ਗਿਆ ਸੀਗਾ ਸਰਪੰਚ ਸਾਹਿਬ ਕੋਲ, ਅਤੇ ਉਹ ਵਾਪਸ ਕੀਤਾ ਹੁਣ। ਅਤੇ ਲਓ ਜੀ ਆਪਾਂ ਹੁਣ ਪਾਤੇ ਚਾਲੇ, ਹੁਣ ਦਿਖਾਉਣਾ ਤੁਹਾਨੂੰ ਮਾਹੌਲ ਜੰਗਲ ਦਾ ਪੂਰਾ ਸਿਰਾ ਸਿਰਾ ਗੱਲਬਾਤ ਹੋਣੀ। ਸਰਪੰਚ ਸਾਹਿਬ ਆਉਂਦਾ ਨਹੀਂ ਯਾਰ ਜੀ? ਪੂਰਾ ਜੀ ਪੂਰਾ। ਅੱਛਾ, ਇੱਕ ਚੀਜ਼ ਹੋਰ ਹੈ ਇੱਥੇ। ਹਾਂਜੀ। ਜੇ ਆਪਾਂ ਨੈਟਵਰਕ ਸਿਰਫ ਇੱਕ ਹੁੰਦਾ ਇੱਥੇ BSNL, ਜੇ ਕਿਸੇ ਨੇ ਫਿਰ ਵੀ 2-3 ਦਿਨ ਲਈ ਆਉਣਾ ਹੈ, ਠੀਕ ਹੈ, ਤਾਂ ਇੱਥੇ BSNL ਦਾ ਸਿਮ ਲੈ ਕੇ ਆਉਣਾ। ਅੱਛਾ ਜੀ। ਉਹਦਾ ਨੈਟਵਰਕ ਹੈ 4G ਹੈ, ਸਿਰਫ ਸਰਕਾਰੀ ਸਿਮ, ਪਰ ਉਹ ਵੀ ਆਪਾਂ ਦੱਸਣਾ ਨਹੀਂ ਚਾਹੁੰਦੇ ਕਿਉਂਕਿ ਫਿਰ ਆ ਕੇ ਮੋਬਾਈਲ ਤੇ ਲੱਗੇ ਰਹਿਣਾ, ਬੜੀ ਲੋਡ ਪੈ ਜਾਂਦੀ ਹੈ। ਹਾਂ ਚਲੋ, ਐਮਰਜੈਂਸੀ ਲਈ ਹੈਗਾ ਜੀ ਇਹ ਗੱਲ, ਬਹੁਤ ਵਧੀਆ ਸਰਪੰਚ ਸਾਹਿਬ ਦੀ। ਤਾਂ ਦੇਖੋ ਬਾਂਸ ਕਿਵੇਂ ਫੈਲਿਆ ਹੋਇਆ, ਅਤੇ ਇੰਨੀ ਮਤਲਬ ਵਧੀਆ ਨਾ ਖੁਸ਼ਬੂ ਆਉਂਦੀ ਹੈ, ਕਹਿੰਦੇ ਆ ਨੇਚਰ ਨਾਲ ਜੁੜਦੇ ਹਾਂ ਜੀ ਪ੍ਰੋਪਰ। ਤੁਹਾਨੂੰ ਆਪਾਂ ਸਾਰਾ ਰੂਟ ਦਿਖਾਵਾਂਗੇ ਜੀ, ਕਿਵੇਂ ਕਿਵੇਂ ਜਿਪਸੀ ਅਤੇ ਇਹ ਨੈਨੀਤਾਲ, ਅਤੇ ਇੱਕ ਦੋ ਜੰਗਲਾਂ 'ਚ ਮੈਂ ਗਿਆ ਗਾ, ਉੱਥੇ 3500 ਰੁਪਈਆ ਪਰ ਹੁੰਦਾ ਆਪਣਾ, ਅਤੇ ਇੱਥੇ ਆਪਣਾ 400 ਰੁਪਈਆ ਪਰ ਹੈੱਡ ਦਾ ਹੈ। ਅਤੇ ਚਲੋ ਜੇ ਆਪਾਂ ਨੇਚਰ ਦੇਖਣਾ ਤਾਂ ਆਪਾਂ ਰੁਪਈਆ ਵੀ ਨਾ ਦੇਖੀਏ, ਸਭ ਤੋਂ ਵੱਡੀ ਗੱਲ ਹੈ ਵੀ ਜਿਹੜਾ ਆਨੰਦ ਲਈਏ, ਬਹੁਤ ਵਧੀਆ ਖੁਸ਼ਬੂ ਆ, ਸਾਹ ਸੌਖਾ ਆਉਂਦਾ ਜੀ ਇੱਥੇ। ਅਤੇ ਦੂਜੀ ਗੱਲ ਬਸ ਇੱਕ ਨਾ, ਇੱਥੇ ਆਪਾਂ ਕੋਈ ਵੀ ਨੇਚਰ ਨੂੰ ਖਰਾਬ ਕਰਨ ਵਾਲੀ ਐਕਟੀਵਿਟੀ ਨਾ ਕਰੀਏ, ਜਿਵੇਂ ਪਲਾਸਟਿਕ ਲਿਫਾਫੇ ਹੋ ਗਏ, ਬੋਤਲਾਂ ਹੋ ਗਈਆਂ, ਜਾਂ ਕੋਈ ਕਿਸੇ ਤਰ੍ਹਾਂ ਦਾ ਮਤਲਬ ਜੋ ਵੀ ਆਪਣੇ ਜੰਗਲ ਦੇ ਪੰਛੀਆਂ ਨੂੰ ਜਾਂ ਆਪਣੇ ਦਰੱਖਤਾਂ ਨੂੰ ਕੋਈ ਪ੍ਰੋਬਲਮ ਦੇਵੇ, ਉਹ ਚੀਜ਼ ਆਪਾਂ ਨਾ ਕਰੀਏ। ਅਤੇ ਆ ਜਾਓ ਕਰਦੇ ਹਾਂ ਗੱਲਬਾਤ ਅੱਗੇ। ਇਹ ਜਿਹੜਾ ਨਾ ਤੁਸੀਂ ਮਾਹੌਲ ਦੇਖ ਰਹੇ ਹੋ, ਪੂਰਾ ਪੰਜਾਬ ਦਾ ਜੀ, ਕਿਤੋਂ ਹੋਰ ਦਾ ਨੀਗਾ। ਪਹਿਲਾਂ ਸਾਡਾ ਪੰਜਾਬ, ਫਿਰ ਦੂਜੇ ਆਪਾਂ ਦਿਖਾਵਾਂਗੇ। ਅਤੇ ਇਹ ਬੰਨ ਲਾ ਕੇ ਰੋਕਿਆ ਹੋਇਆ, ਦੇਖੋ ਪੈਪ ਰਾਹੀਂ ਪਾਣੀ ਇੱਧਰ ਆ ਰਿਹਾ, ਅਤੇ ਕਿਆ ਬਾਤਾਂ ਨੇ, ਇਹਦੇ ਬਿਜਲੀ ਜਾਣੀ ਆ ਗੱਡੀ। ਤੁਹਾਨੂੰ ਇਹਦਾ ਫਰੰਟ ਨਹੀਂ ਦਿਸਣਾ, ਆਪਾਂ ਤੁਹਾਨੂੰ ਥਾਰ ਦਾ ਦਿਖਾਵਾਂਗੇ ਕਿਵੇਂ ਆਉਂਦੀ ਆ।
ਬਾਈ ਨੇ ਲੱਗਦਾ 4x4 ਪਾ ਲਿਆ ਤੇ ਦੇਖੋ ਇਹ ਨਜ਼ਾਰਾ ਕੀ ਬਾਤਾਂ ਨੇ ਇਹ ਹੈ ਜੀ ਨਜ਼ਾਰਾ ਸਾਰੀ ਥਕਾਵਟ ਲੈ ਜਾਂਦੀ ਜੀ ਇੱਥੇ ਆ ਕੇ ਇਹ ਜਲਕਰ ਆ ਗਿਆ ਜੀ ਵਾਟਰਵਰਕਸ ਜੰਗਲ ਦਾ ਤੁਸੀਂ ਦੇਖ ਸਕਦੇ ਹੋ ਇੱਥੇ ਵੀ ਆਪਾਂ ਜਦੋਂ ਦੁਬਾਰੇ ਆਏ ਨਾ ਕਦੇ ਬਣਾਵਾਂਗੇ ਵੀਡੀਓ ਸਾਰਾ ਦਿਖਾਵਾਂਗੇ ਜੰਗਲ ਦਾ ਵਾਟਰਵਰਕਸ ਕਿਵੇਂ ਕੰਮ ਕਰਦਾ ਹੈ ਉੱਪਰ ਉਹਨਾਂ ਦਾ ਆਫਿਸ ਆ ਗਿਆ ਜੀ ਇੱਕ ਵਾਰ ਨਾ ਤੁਸੀਂ ਲੈ ਤੁਹਾਨੂੰ ਗੇੜਾ ਮਰਵਾਈ ਆ ਸਾਰੇ ਦਾ ਦੇਖੋ ਜੀ ਕਿੰਨੀ ਸ਼ਾਂਤੀ ਅਤੇ ਨੇਚਰ ਨਾਲ ਜੁੜਦੇ ਹਾਂ ਅਤੇ ਸਵਾਦ ਆਈ ਜਾਂਦਾ ਜੀ ਪੂਰਾ ਕਿਆ ਬਾਤਾਂ ਨੇ ਜੀ ਇਹ ਪੰਜਾਬ ਹੈ ਜੀ ਪੰਜਾਬ ਇਹ ਮੈਂ ਤਾਂ ਦੱਸ ਰਿਹਾ ਕਈ ਮੇਰੇ ਵੀਰ ਫਿਰ ਵੀ ਮੈਸੇਜ ਕਰਦੇ ਬਾਈ ਕਿੱਥੇ ਆ ਨੈਨੀਤਾਲ ਤਾਂ ਨਹੀਂ ਫਿਰਦਾ ਕਿਤੇ ਆਪਾਂ ਪੰਜਾਬ 'ਚ ਫਿਰਦੇ ਹਾਂ ਜੀ ਇੱਥੇ ਜਾਨਵਰ ਮਿਲੇ ਨੇ ਆਪਾਂ ਨੂੰ ਕੁਛ ਮੋਰ ਹੈ ਅਤੇ ਉਹ ਅੰਦਰ ਚਲੇ ਗਏ ਬਹੁਤ ਸੋਹਣੇ ਜਾਨਵਰ ਨੇ ਸੁਬਹਾ ਸੁਬਹਾ ਮਿਲਦੇ ਜੀ ਇਹ ਉਹ ਦੇਖੋ ਜੀ ਮੋਰ ਪਹਿਲਾਂ ਪਾ ਰਹੇ ਨੇ ਪੂਰੇ ਭੱਜਿਆ ਜਾ ਰਿਹਾ ਮੋਰ ਦੇਖ ਸਕਦੇ ਹੋ ਸਾਫ ਕੈਮਰੇ 'ਚ ਸੁਬਹਾ ਸੁਬਹਾ ਜਾਨਵਰ ਤੁਹਾਨੂੰ ਬਹੁਤ ਮਿਲ ਜਾਣੇ ਮੁਰਗੇ ਹੋ ਗਏ ਮੋਰ ਹੋ ਗਏ ਅਤੇ ਛੋਟੇ ਜਾਨਵਰ ਆ ਜਿਹੜੇ ਤੁਹਾਨੂੰ ਮਿਲ ਜਾਣੇ ਪੰਛੀ ਪਰ ਜਿਹੜੇ ਵੱਡੇ ਨੇ ਚੀਤਾ ਬਾਘ ਆਪਣਾ ਅਤੇ ਸਾਂਬਰ ਇਹ ਗਰਮੀ 'ਚ ਤਾਂ ਚਲੇ ਜਾਂਦੇ ਤਾਂ ਕਰਕੇ ਰਿਸਕ ਨਹੀਂ ਹੈਗਾ ਕਿਉਂਕਿ ਉਹ ਠੰਡ ਵਾਲੇ ਏਰੀਏ 'ਚ ਰਹਿਣਾ ਪਸੰਦ ਕਰਦੇ ਨੇ ਅਤੇ ਜੇ ਆਪਾਂ ਇੱਥੇ ਤੁਰਾਂ ਫਿਰਾਂਗੇ ਨਾ ਬਹੁਤ ਵਧੀਆ ਜਾਨਵਰ ਮਿਲਦੇ ਨੇ ਮੁਰਗੇ ਤਾਂ ਦੇਸੀ ਬਹੁਤ ਜ਼ਿਆਦਾ ਦੇਖ ਸਕਦੇ ਹੋ ਤੁਸੀਂ ਜਿਵੇਂ ਸਾਂਬਰ ਵਗੈਰਾ ਉਹ ਉੱਪਰ ਚਲੇ ਜਾਂਦੇ ਨਾ ਉਹਨਾਂ ਦੇ ਪਿੱਛੇ ਜਾਣਾ ਤਾਂ ਹੈ ਹੀ ਉਹਨਾਂ ਨੇ ਹਾਂ ਦੇਖੋ ਜੀ ਮਾਹੌਲ ਇੱਕ ਤਾਂ ਖੜਕੇ ਨਾਲ ਜਾਨਵਰ ਅੱਗੇ ਚਲਾ ਜਾਂਦਾ ਜੀ ਚਲੋ ਪਰ ਆਪਾਂ ਇਹਨਾਂ ਦੀ ਵੀ ਖੂਬਸੂਰਤੀ ਨਹੀਂ ਖਰਾਬ ਕਰਨੀ ਚਾਹੁੰਦੇ ਇਹਨਾਂ ਦਾ ਜੰਗਲ ਹੈਗਾ ਅਤੇ ਆਪਾਂ ਇਹਦੇ ਵਿੱਚ ਇੱਕ ਕਹਿੰਦੇ ਹੁੰਦੇ ਆਪਦੇ ਇੰਟਰਸਟ ਲਈ ਆਉਣੇ ਆ ਆਪਦੇ ਇੱਕ ਸ਼ਾਂਤੀ ਲਈ ਆਉਣੇ ਆ ਅਤੇ ਬਸ ਇੱਕ ਕੋਸ਼ਿਸ਼ ਮੈਂ ਪੜ੍ਹਿਆ ਵੀ ਇਹਦੇ ਬਾਰੇ ਆਪਾਂ ਤਾਂ ਹੀ ਗੱਲ ਕਰ ਰਹੇ ਹਾਂ ਵੀ ਜੇ ਮੈਂ ਗੱਡੀ ਵਗੈਰਾ 'ਤੇ ਆਉਣਾ ਆਪਾਂ ਉਹ ਹੀ ਰੇਸਾਂ ਦੇਣੀਆਂ ਹਾਰਨ ਮਾਰਨੇ ਉਹ ਚੀਜ਼ ਨਾ ਕਰੋ ਕਿਉਂਕਿ ਇਹਨਾਂ ਨਾਲ ਨਾ ਪੰਛੀਆਂ ਨੂੰ ਜਾਨਵਰਾਂ ਨੂੰ ਇਹਨਾਂ ਦੇ ਰਸਤੇ ਬਣੇ ਹੋਏ ਨੇ ਸਾਰੇ ਇਹ ਤਾਂ ਆਪਾਂ ਬਿਜਲੀ ਆਪਦੇ ਧੱਕੇ ਨਾਲ ਬਣਾਏ ਹੋਏ ਨੇ ਅਤੇ ਇਹਨਾਂ ਨੂੰ ਆਪਾਂ ਇਹਨਾਂ ਦੀ ਸ਼ਾਂਤੀ ਨਾ ਭੰਕਰੀ ਕਿਤੇ ਆਪਦੀ ਸ਼ਾਂਤੀ ਲੈਣ ਦੇ ਬਾਰੇ ਅਤੇ ਦੂਜਾ ਵੈਸੇ ਹਜੇ ਤੱਕ ਸੰਤੁਸ਼ਟੀ ਹੈ ਜੋ ਵੀ ਰਸਤੇ 'ਚ ਇੱਕ ਵੀ ਆਪਾਂ ਨੂੰ ਲਿਫਾਫਾ ਬੋਤਲ ਨਹੀਂ ਮਿਲੀ ਕੋਸ਼ਿਸ਼ ਕਰਾਂਗੇ ਜੇ ਕਿਤੇ ਮਿਲੂਗਾ ਤਾਂ ਅਸੀਂ ਚੱਕ ਕੇ ਗੱਡੀ 'ਚ ਹੀ ਰੱਖਾਂਗੇ ਅਤੇ ਨਾਲ ਹੀ ਲੈ ਕੇ ਜਾਵਾਂਗੇ ਪਰ ਹਜੇ ਤੱਕ ਸਫਾਈ ਮਿਲੀ ਆ ਕੋਈ ਮਤਲਬ ਵਧੀਆ ਲੱਗਿਆ ਕਿਉਂਕਿ ਰੂਟੀਨ ਵਾਲਾ ਡੇਲੀ ਵਾਲਾ ਗੇੜਾ ਇੱਥੋਂ ਦੀ ਇਹ ਗੱਡੀ ਦਾ ਕਿਤੇ ਵੀ ਇਹਨਾਂ ਨੇ ਹੁਣ ਕੀਤਾ ਹੋਇਆ ਅਤੇ ਵਧੀਆ ਸਾਫ਼ ਸਫਾਈ ਹੈਗੀ ਤਾਂ ਇਹੀ ਆਪਾਂ ਮੇਨਟੇਨ ਰੱਖੀਏ ਜੀ ਕਿਉਂਕਿ ਆਪਾਂ ਨੇਚਰ ਦੀ ਖੂਬਸੂਰਤੀ ਦਾ ਆਨੰਦ ਲਓ ਆਪਾਂ ਉਹਨੂੰ ਖਰਾਬ ਨਾ ਕਰੀਏ ਇਹ ਪਾਈਪਾਂ ਪਾਈਆਂ ਹੋਈਆਂ ਜੀ ਪਾਣੀ ਜਾਂਦਾ ਨਾ ਜਿਹੜਾ ਦੇਖ ਸਕਦੇ ਹੋ ਇਹ ਸਾਰੇ ਜੰਗਲ 'ਚ ਇਸ ਤਰ੍ਹਾਂ ਹੀ ਪਾਈਪਾਂ ਪਾਈਆਂ ਹੋਈਆਂ ਨੇ ਹਰ ਤਰ੍ਹਾਂ ਦੀ ਇੱਕ ਨਵਾਂ ਜਾਣਾ ਜਦੋਂ ਮੀਂਹ ਪੈਣੇ ਆ ਫੁੱਲ ਹਾਂ ਫੁੱਲ ਖਿੜੇ ਹੋਏ ਨੇ ਹੋਰ ਹੀ ਮਾਹੌਲ ਹੋਣਾ ਜੀ ਇੱਥੇ ਹਰੇਕ ਬੂਟੇ ਨੂੰ ਅਲੱਗ ਅਲੱਗ ਦੇ ਫੁੱਲ ਹਾਂ ਜੀ ਆਹ ਦੇਖੋ ਜੀ ਮਾਹੌਲ ਆਹ ਨੀਚੇ ਦੀ ਪਾਣੀ ਵਾਲੀਆਂ ਪਾਈਪਾਂ ਪਾਈਆਂ ਹੋਈਆਂ ਇੱਥੇ ਵਾਟਰਵਰਕਸ ਦਾ ਇੰਨਾ ਸੋਹਣਾ ਮਾਹੌਲ ਤੁਹਾਨੂੰ ਕਿਸੇ ਨੇ ਨਹੀਂ ਦਿਖਾਇਆ ਹੋਣਾ ਅਤੇ ਨਾਲ ਨਾਲ ਆਪਾਂ ਨੇਚਰ ਦਾ ਧਿਆਨ ਵੀ ਰੱਖ ਰਹੇ ਹਾਂ ਅਤੇ ਆਪਾਂ ਕੋਸ਼ਿਸ਼ ਇਹ ਕਰਿਆ ਕਰੋ ਜਦੋਂ ਆਉਣਾ ਸਾਫ਼ ਸਫਾਈ ਆਪਾਂ ਜ਼ਰੂਰ ਰੱਖੀਏ ਨਾਲ ਕਿਉਂਕਿ ਆਨੰਦ ਲੈਣ ਆਇਆ ਤਾਂ ਆਨੰਦ ਲੈ ਕੇ ਜਾਓ ਆਪਦਾ ਆਹ ਦੇਖੋ ਜੀ ਮੋਰ ਅਤੇ ਮਿਲਦੇ ਆ ਮਤਲਬ ਸੁਬਹਾ ਦੇ ਟਾਈਮ ਬਹੁਤ ਜਾਨਵਰ ਮਿਲਦੇ ਜੋ ਗਰਮੀ ਹੋ ਜਾਂਦੀ ਨੇ ਛਾਵਾਂ 'ਤੇ ਬਹਿ ਜਾਂਦੇ ਨੇ ਛਾਂ ਵਾਲੀ ਜਗ੍ਹਾ 'ਤੇ ਦੇਖੋ ਜੀ ਕਿਆ ਬਾਤਾਂ ਨੇ ਪੂਰਾ ਕੈੜਾ ਕੰਮ ਹੋ ਰਿਹਾ ਹੈਗਾ ਇਹ ਜਿਹੜਾ ਏਰੀਆ ਨਾ ਜੀ ਖੁੱਲ੍ਹਾ ਆ ਗਿਆ ਏਰੀਆ ਇਹ ਮਨਾਨੀ ਅਤੇ ਇੱਥੇ ਨਿਰੀ ਮਿੱਟੀ ਹੈ ਇੱਥੇ ਦੂਸਰੀਆਂ ਗੱਡੀਆਂ ਦੀ ਨਾ ਜਿਹੜੇ ਰੇਤੇ 'ਚ ਗੱਡੀਆਂ ਫਸ ਜਾਂਦੀਆਂ ਨੇ ਮੋਟਰਸਾਈਕਲ ਸਕੂਟੀਆਂ ਤਾਂ ਆਰਾਮ ਨਾਲ ਜਾਂਦੀਆਂ ਦੇਖੋ ਤੁਸੀਂ ਫੈਮਿਲੀ ਇੰਜੋਏ ਕਰਨ ਆਏ ਹੋਏ ਨੇ ਅਤੇ ਪਿੱਛੇ ਦਿਖਾਉਂਦੇ ਹਾਂ ਅਸੀਂ
ਜੇ ਤਾਂ ਛੋਟੀ ਗੱਡੀ ਲੈ ਕੇ ਆਵਾਂਗੇ ਤਾਂ ਉਹ ਪ੍ਰੋਬਲਮ ਚ ਆ ਜਾਂਦੀ ਹੈ 4x4 ਦੀ ਕੋਈ ਪ੍ਰੋਬਲਮ ਨਹੀਂ ਹੈਗੀ ਦੇਖੋ ਦੇਖੋ ਮਾਹੌਲ ਗ੍ਰੀਨਰੀ ਮੇਰੇ ਮਿੱਤਰ ਨਾ ਚਲੋ ਬਾਈ ਜੀ ਕਈ ਨਾ ਇੱਥੋਂ ਜਦੋਂ ਆਉਂਦੇ ਆ ਜੀ ਡੈਮ ਨੂੰ ਚੱਲ ਜਾਂਦਾ ਨੀਚੇ ਵਾਲਾ ਜਿਹੜਾ ਪਾਣੀ ਜਾਂਦਾ ਇਹ ਰਸਤਾ ਡੈਮ ਨੂੰ ਜਾਂਦਾ ਜਿਹੜਾ ਆਪਣਾ ਖੜੌਂਚਾ ਲੱਗਿਆ ਹੋਇਆ ਇੱਟਾਂ ਵਾਲਾ ਇਹ ਜਾਂਦਾ ਸਿੱਧਾ ਆਪਣੇ ਮਤਲਬ ਬਾਹਰ ਨੂੰ ਨਿਕਲਦਾ ਜਾਂ ਆਪਾਂ ਥਾਣਾ ਡੈਮ ਦਾ ਜਿਹੜਾ ਲੋਕੇਸ਼ਨ ਹੈ ਉੱਥੇ ਜਾਂਦਾ ਕਈ ਵਾਰ ਅਮੀਰ ਇੱਧਰ ਦੀ ਵਗ ਜਾਂਦੇ ਉਹ ਨੀਚੇ ਗਲਤ ਜਾ ਵਗ ਜਾਂਦੇ ਨੇ ਤਾਂ ਆਪਾਂ ਉਹਨਾਂ ਲਈ ਇਹ ਵੀ ਇੱਕ ਸੰਦੇਸ਼ ਦੇਣੇ ਆ ਵੀ ਇੱਥੋਂ ਤੁਸੀਂ ਧਿਆਨ ਨਾਲ ਐਂ ਜਾਣਾ ਗਾ ਅਤੇ ਇਹਦੀ ਨਿਸ਼ਾਨੀ ਵੀ ਹੈਗੀ ਆ ਸ੍ਰੀ ਦੁਰਗਾ ਮੰਦਿਰ ਧਰਮਪੁਰ ਦੇਵੀ ਦਾ ਜਿੱਥੇ ਬੋਰਡ ਲੱਗਿਆ ਹੋਇਆ ਜੀ ਇੱਥੇ ਆਹ ਘਰ ਬਣੇ ਹੋਏ ਨੇ ਇੱਥੋਂ ਆਪਣੀ ਜਿਹੜੀ ਲੋਕੇਸ਼ਨ ਹੈਗੀ ਉਹ ਆਊਗੀ ਆਪਾਂ ਉੱਥੇ ਗੱਲਬਾਤ ਕਰਦੇ ਹਾਂ ਅਤੇ ਘਰ ਆ ਗਏ ਜੀ ਇੱਥੋਂ ਜੰਗਲ ਵਾਲੇ ਲੋਕਾਂ ਦੇ ਇੱਥੇ ਤਾਂ ਕਹਿੰਦੇ ਕੰਧਾਂ 'ਚ ਵੀ ਨਾ ਹਰਿਆਲੀ ਹੈ ਜੀ ਅੱਜ ਮਾਤਾ ਦਾ ਇੱਥੇ ਮੇਲਾ ਜੀ ਅੱਗੇ ਦੁਰਗਾ ਮੰਦਿਰ 'ਚ ਧਰਮਪੁਰ ਮਾਤਾ ਦਾ ਅਤੇ ਉਹਦੇ ਲਈ ਲੰਗਰ ਲੱਗੇ ਹੋਏ ਨੇ ਸਾਰੇ ਉਹ ਆ ਗਏ ਸਾਹਮਣੇ ਗੈਸਟ ਹਾਊਸ ਇਹ ਆ ਗਿਆ ਆਪਣਾ ਡੈਮ ਇਹਦੇ ਬਿਲਕੁਲ ਵਿੱਚੋਂ ਵੀਡੀਓ ਬਣਾਵਾਂਗੇ ਆਪਾਂ ਅੱਜ ਇੱਥੇ ਹੀ ਰਹਿਣਾ ਜੀ ਅੱਜ ਦੀ ਰਾਤ ਆਪਣੀ ਇੱਥੇ ਆ ਅਤੇ ਆਪਾਂ ਪਹੁੰਚ ਚੁੱਕੇ ਟਿਕਾਣੇ 'ਤੇ